ਇਸ ਵਕਤ ਦੀ ਇੱਕ ਖਾਸ ਖਬਰ ਦੇ ਨਾਲ ਆਪ ਜੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ। ਲੰਬੇ ਸਮੇਂ ਬਾਅਦ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਇੱਕ ਵਾਰ ਫਿਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਲਾਈਵ ਆ ਗਈ ਅਤੇ ਲਾਈਵ ਆ ਕੇ ਉਹ ਖੁਲਾਸੇ ਕੀਤੇ ਜੋ ਉਸਨੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਨਹੀਂ ਕੀਤੇ ਹੋਣੇ। ਅਸਲ ਵਜ੍ਹਾ ਦੱਸੀ ਕਿ ਕਿੰਨਾਂ ਗੱਲਾਂ ਦੇ ਕਰਕੇ ਉਸ ਦੀ ਮਦਰ ਨੂੰ ਭਗਵੰਤ ਮਾਨ ਨੇ ਡਿਵੋਰਸ ਦਿੱਤਾ, ਕੀ ਕਾਰਨ ਰਹੇ, ਇੱਦਾਂ ਦੀਆਂ ਗੱਲਾਂ ਬਾਤਾਂ ਜਿਸ ਤੋਂ ਆਪਾਂ ਬਿਲਕੁਲ ਅਣਜਾਣ ਸੀ। ਆਪਾਂ ਭਗਵੰਤ ਮਾਨ ਨੂੰ ਤਾਂ ਕੁਝ ਹੋਰ ਹੀ ਸਮਝਦੇ ਰਹੇ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਸੀ, ਸ਼ਰਾਬ ਪੀ ਕੇ ਗੁਰੂ ਘਰ ਵੀ ਚਲਿਆ ਜਾਂਦਾ ਸੀ, ਕੁੱਟਮਾਰ ਕਰਦਾ ਸੀ, ਪਰ ਅੰਦਰਲੀ ਗੱਲ ਤਾਂ ਕੁਝ ਹੋਰ ਹੀ ਨਿਕਲੀ। ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਜਦੋਂ ਉਸਨੇ ਪਹਿਲੀ ਵੀਡੀਓ ਬਣਾਈ ਤਾਂ ਉਸਦੇ ਵਿੱਚ ਉਸਨੇ ਕੁਝ ਗੱਲਾਂ ਬਾਤਾਂ ਕਹੀਆਂ, ਪਰ ਉਸ ਤੋਂ ਬਾਅਦ ਹੁਣ ਦੁਬਾਰਾ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਇੱਕ ਹੋਰ ਵੀਡੀਓ ਪਾਈ ਹੈ ਜਿਸ ਦੇ ਵਿੱਚ ਨਵੀਆਂ ਹੀ ਗੱਲਾਂ ਸਾਹਮਣੇ ਆਈਆਂ ਨੇ ਅਤੇ ਸਾਰੇ ਹੀ ਸਿਆਸੀ ਗਲਿਆਰਿਆਂ ਦੇ ਵਿੱਚ ਇਹੀ ਚਰਚਾ ਚੱਲੀ ਜਾਂਦੀ ਹੈ ਕਿ ਭਗਵੰਤ ਮਾਨ ਇਹ ਵੀ ਕਰ ਸਕਦਾ। ਉੱਥੇ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੱਕ ਵੀ ਚਰਚੇ ਹੋ ਰਹੇ ਨੇ ਕਿ ਅਸੀਂ ਕਿਹੜੇ ਸ਼ਖਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਅਤੇ ਇਹਦੇ ਹੱਥ ਦੇ ਵਿੱਚ ਪੰਜਾਬ ਦੀ ਕਮਾਂਡ ਦੇ ਦਿੱਤੀ ਜਿਹੜੇ ਇਨਸਾਨ ਤੋਂ ਆਪਣਾ ਪਰਿਵਾਰ ਹੀ ਨਹੀਂ ਸਮਝ। ਪੂਰੀ ਗੱਲਬਾਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਸ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ, ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰ ਦਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਉਸ ਦੀ ਪਹਿਲੀ ਵੀਡੀਓ ਤੋਂ ਬਾਅਦ ਇੱਕ ਵਾਰ ਫਿਰ ਚਰਚਾ 'ਚ ਆਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਚਰਚਾ 'ਚ ਆਉਣ ਤੋਂ ਬਾਅਦ ਚਾਰੇ 'ਚ ਫਿਰ ਇਹਨਾਂ ਦੀਆਂ ਹੀ ਗੱਲਾਂ ਬਾਤਾਂ ਹੋਣ ਲੱਗ ਗਈਆਂ ਅਤੇ ਹੁਣ ਇੱਕ ਹੋਰ ਵੱਡੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਲੈ ਕੇ। ਸੀਰਤ ਕੌਰ ਮਾਨ ਉਸਨੇ ਇੱਕ ਹੋਰ ਵੀਡੀਓ ਬਣਾਈ, ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਪਾਈ ਅਤੇ ਉਸਦੇ ਵਿੱਚ ਇੱਦਾਂ ਦੀਆਂ ਗੱਲਾਂ ਬਾਤਾਂ ਉਸਨੇ ਦੱਸੀਆਂ ਜਿਸ ਦੇ ਬਾਰੇ ਆਪਾਂ ਸਾਰੇ ਅਣਜਾਣ ਸੀ। ਉਸਨੇ ਉਹ ਅਸਲ ਵਜ੍ਹਾ ਦੱਸੀ ਤਲਾਕ ਦੀ ਕਿ ਸਾਡੀ ਮਦਰ ਨੂੰ ਤਲਾਕ ਦੇਣ ਦੀ ਅਸਲ ਵਜ੍ਹਾ ਤਾਂ ਕੁਛ ਹੋਰ ਹੀ ਸੀ, ਆਪਾਂ ਭਗਵੰਤ ਮਾਨ ਨੂੰ ਹਮੇਸ਼ਾ ਇਹੀ ਕਹਿੰਦੇ ਸੀ ਕਿ ਉਹ ਸ਼ਰਾਬ ਪੀਂਦਾ ਸੀ ਜਾਂ ਬਦਖੈਲੀਆਂ ਕਰਦਾ ਸੀ, ਪਰ ਅੰਦਰਲੀ ਗੱਲ ਤਾਂ ਕੁਛ ਹੋਰ ਹੀ ਸੀ। ਇੱਦਾਂ ਦੀ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਪਰ ਅੰਦਰਲੀ ਗੱਲ ਕੀ ਹੈ, ਕਿਉਂਕਿ ਭਗਵੰਤ ਮਾਨ ਦੀ ਬੇਟੀ ਉਸਨੇ ਪਹਿਲਾਂ ਜੋ ਵੀਡੀਓ ਬਣਾਈ ਸੀ ਉਸਦੇ ਵਿੱਚ ਕਾਫ਼ੀ ਗੱਲਾਂ ਬਾਤਾਂ ਕਹੀਆਂ ਕਿ ਸ਼ਰਾਬ ਪੀ ਕੇ ਮੈਂਟਲੀ ਐਂਡ ਫਿਜ਼ੀਕਲੀ ਟੋਰਚਰ ਕਰਦਾ ਰਿਹਾ ਸਾਡੀ ਮਦਰ ਨੂੰ, ਇਸ ਲਈ ਉਸਨੇ ਡਿਵੋਰਸ ਲੈ ਲਿਆ, ਤਾਂ ਅੰਦਰਲੀ ਗੱਲ ਕੀ ਹੈ ਉਹਨਾਂ ਦਾ ਪਰਿਵਾਰ ਹੀ ਜਾਣਦਾ ਹੈ, ਕਿਉਂਕਿ ਜਿਸਨੇ ਨਾਲ ਹੰਢਾਇਆ ਹੋਵੇ, ਜਿਸਨੇ ਨਾਲ ਸਮਾਂ ਬਿਤਾਇਆ ਹੋਵੇ, ਉਹੀ ਸਭ ਕੁਝ ਜਾਣ ਸਕਦਾ ਹੈ। ਬਾਕੀ ਆਂਢੀਆਂ ਗੁਆਂਢੀਆਂ ਦੇ ਵੀ ਕਾਫ਼ੀ ਬਿਆਨ ਆਉਂਦੇ ਨੇ, ਉਹੀ ਕਹਾਵਤ ਹੈ ਕਿ ਜਿੰਨੇ ਮੂੰਹ ਹੁੰਦੇ ਨੇ ਉਨੀਆਂ ਹੀ ਗੱਲਾਂ ਹੁੰਦੀਆਂ ਨੇ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।